ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਲੋਹਗੜ੍ਹ ਦਾ ਜੋ ਟੋਟਲ ਡਿਵੈਲਪਮੈਂਟ ਪਲਾਨ ਹੈ ਉਹ ਅੱਜ ਇਸ ਵੀਡੀਓ 'ਚ ਡਿਸਕਸ ਕੀਤਾ ਜਾਏਗਾ ਕਿ ਕਿਸ ਤਰ੍ਹਾਂ ਲੋਹਗੜ੍ਹ ਖਾਲਸਾ ਰਾਜਧਾਨੀ ਦੇ ਉੱਪਰ ਟੋਟਲ ਡਿਵੈਲਪਮੈਂਟ ਦਾ ਕੰਮ ਜੋ ਹੈ ਉਹ ਇਸ ਟਾਈਮ ਚੱਲ ਰਿਹਾ ਹੈ। ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਭਗਵਾਨਪੁਰ ਵਿਲੇਜ ਹੈ ਔਰ ਜੋ ਰੋਡ ਹੈ ਭਗਵਾਨਪੁਰ ਤੋਂ ਲੈ ਕੇ ਲੋਹਗੜ੍ਹ ਤੱਕ ਨਹੀਂ ਸੀਗੀ ਔਰ ਨਦੀ ਦੇ ਰਸਤੇ ਤੋਂ ਲੋਕਾਂ ਨੂੰ ਉੱਥੇ ਜਾਣਾ ਪੈਂਦਾ ਸੀਗਾ। ਔਰ ਜਿਹੜਾ ਕਰਸਰ ਮੂਵ ਕਰ ਰਿਹਾ ਹੈ ਇਹ ਆਪਣਾ ਧਨੌਰੇ ਤੋਂ ਲੈ ਕੇ ਜਿਹੜੀ ਆ ਰੋਡ ਭਗਵਾਨਪੁਰ ਤੱਕ ਆਉਂਦੀ ਸੀਗੀ ਔਰ ਅੱਗੇ ਜਦੋਂ ਲੋਹਗੜ੍ਹ ਖਾਲਸਾ ਰਾਜਧਾਨੀ ਤੱਕ ਜਾਣਾ ਪੈਂਦਾ ਸੀਗਾ ਅਤੇ ਸੰਗਤਾਂ ਇਸ ਨਦੀ ਦੇ ਰਸਤੇੋਂ ਹੋ ਕੇ ਇੱਥੇ ਪਹੁੰਚਦੀਆਂ ਸੀਗੀਆਂ। ਹੁਣ ਜੋ ਕਿ ਹਰਿਆਣਾ ਸਰਕਾਰ ਨੇ ਉੱਦਮ ਕੀਤਾ ਹੈ ਉਸ ਉੱਦਮ ਦੇ ਤਹਿਤ ਇੱਕ ਆ ਯੈਲੋ ਕਲਰ ਦੀ ਜੋ ਤੁਸੀਂ ਲਾਈਨ ਦੇਖ ਰਹੇ ਹੋ ਇਹ 3 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਮੌਕੇ ਦੇ ਉੱਪਰ ਚੱਲ ਰਿਹਾ ਹੈ। ਇੱਕ ਆਲ ਵੈਦਰ ਰੋਡ ਕੰਸਟਰਕਟ ਕੀਤੀ ਜਾ ਰਹੀ ਹੈ ਜਿਸ ਰੋਡ ਦੇ ਚੱਲਦੇ ਹੋਏ ਮਤਲਬ ਉਹਦੀ ਰੇਜ਼ਿੰਗ ਵੀ ਕੀਤੀ ਗਈ ਹੈ, ਉੱਚ ਪੁਲੀਆਂ ਵੀ ਲਾਈਆਂ ਜਾ ਰਹੀਆਂ ਹੈ ਔਰ ਤਾਂ ਕਿ ਸੰਗਤ ਨੂੰ ਲੋਹਗੜ੍ਹ ਖਾਲਸਾ ਰਾਜਧਾਨੀ ਈਵਨ ਬਰਸਾਤਾਂ ਦੇ ਸੀਜ਼ਨ 'ਚ ਵੀ ਆਉਣ ਜਾਣ 'ਚ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਏ ਔਰ ਈਵਨ ਜਦੋਂ ਬਰਸਾਤਾਂ ਨਹੀਂ ਵੀ ਨੇ ਤਾਂ ਵੀ ਮਤਲਬ ਲੋਕ ਬਹੁਤ ਵਧੀਆ ਸੜਕ ਦੇ ਉੱਪਰ ਖਾਲਸਾ ਰਾਜਧਾਨੀ ਦੇ ਪਹੁੰਚੇ। ਜੋ ਤੁਸੀਂ ਆਹ ਪਿਕਚਰਸ ਦੇਖ ਰਹੇ ਹੋ ਮੌਕੇ ਦੇ ਉੱਪਰ ਕੰਮ ਦੀਆਂ ਪਿਕਚਰਸ ਜੋ ਡਿਵੈਲਪਮੈਂਟ ਦਾ ਸੜਕ ਦੇ ਉੱਪਰ ਚੱਲ ਰਿਹਾ ਇਹ ਪਿਕਚਰਸ ਉਹਨੂੰ ਕਰ ਰਹੀਆਂ। ਇਸੀ ਤਰ੍ਹਾਂ ਅਗਲੀ ਜੋ ਪ੍ਰੋਜੈਕਟ ਆ ਰਿਹਾ ਹੈ ਉਹ ਕਮਿਊਨਿਟੀ ਸੈਂਟਰ ਇੱਥੇ ਮੌਕੇ ਦੇ ਉੱਪਰ ਬਣੇਗਾ ਔਰ ਉਸ ਕਮਿਊਨਿਟੀ ਸੈਂਟਰ 'ਚ ਇੰਟਰਨੈਸ਼ਨਲ ਕੁਆਲਿਟੀ ਦਾ ਕਮਿਊਨਿਟੀ ਸੈਂਟਰ ਬਣਾਏਗਾ ਬਣਿਆ ਜਾਏਗਾ ਹਰਿਆਣਾ ਸਰਕਾਰ ਦੇ ਦੁਆਰਾ। ਤਕਰੀਬਨ 4 ਏਕੜ ਜ਼ਮੀਨ ਇਸ ਵਾਸਤੇ ਪੰਚਾਇਤ ਨੇ ਇਸ ਨੂੰ ਦਿੱਤੀ ਹੈ। ਇਸ ਤੋਂ ਬਾਅਦ ਅਸੀਂ ਜਦੋਂ ਚੱਲਦੇ ਹਾਂ ਇਸ ਰੋਡ ਤੋਂ ਅੱਗੇ ਅੱਗੇ 1 ਕਿਲੋਮੀਟਰ ਹੋਰ ਪਹੁੰਚਦੇ ਹਾਂ ਅਤੇ ਇਹ ਜੋ ਜ਼ਮੀਨ ਆਈ ਹੈ ਇਹ ਜ਼ਮੀਨ ਹੈ ਲੋਹਗੜ੍ਹ ਟਰੱਸਟ ਦੀ। ਲੋਹਗੜ੍ਹ ਟਰੱਸਟ 2016 ਦੇ ਵਿੱਚ ਓਪਰੇਸ਼ਨਲ ਹੋਇਆ। ਲੋਹਗੜ੍ਹ ਟਰੱਸਟ ਨੇ ਅਲਟੀਮੇਟਲੀ ਇੱਥੇ ਰਿਸਰਚ ਕੀਤੀ ਜਿਸ 'ਚ ਪਤਾ ਲੱਗਿਆ ਵੀ ਲੋਹਗੜ੍ਹ ਖਾਲਸਾ ਰਾਜਧਾਨੀ ਦੁਨੀਆ ਦਾ ਸਭ ਤੋਂ ਵੱਡਾ ਕਿਲਾ ਸੀਗਾ ਔਰ ਇਹ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਸ ਤਸਵੀਰ ਦੇ ਤਹਿਤ ਇੱਕ ਬੁੱਕ ਵੀ ਰਿਲੀਜ਼ ਕੀਤੀ ਗਈ ਲੋਹਗੜ੍ਹ ਖਾਲਸਾ ਰਾਜਧਾਨੀ ਦੇ ਉੱਪਰ ਔਰ ਜਿਸ ਬੁੱਕ ਦੇ ਵਿੱਚ ਬਿਓਰਾ ਲਿਖਿਆ ਗਿਆ ਕਿ ਲੋਹਗੜ੍ਹ ਜੋ ਕਿ ਕਿੱਡਾ ਵੱਡਾ ਸੀਗਾ, ਦੁਨੀਆ ਦਾ ਸਭ ਤੋਂ ਵੱਡਾ ਕਿਲਾ ਸੀਗਾ ਔਰ ਇੱਥੇ ਕਿੱਡੀਆਂ ਵੱਡੀਆਂ ਜੰਗਾਂ ਹੋਈਆਂ। ਔਰ ਇਹ ਜੋ ਤੁਸੀਂ ਕਾਗਜ਼ ਦੇਖ ਰਹੇ ਹੋ ਇਸ ਕਾਗਜ਼ ਦੇ ਤਹਿਤ ਲੋਹਗੜ੍ਹ ਟਰੱਸਟ ਨੇ ਇੱਥੇ ਤਕਰੀਬਨ 3 ਏਕੜ ਜ਼ਮੀਨ ਪਰਚੇਸ ਕੀਤੀ ਔਰ ਪਰਚੇਸ ਕਰਨ ਤੋਂ ਬਾਅਦ ਇੱਥੇ ਗੁਰਦੁਆਰਾ ਸਾਹਿਬ ਬਣਾਉਣ ਦਾ ਔਰ ਅਦਰ ਡਿਵੈਲਪਮੈਂਟਲ ਵਰਕਸ ਦਾ ਜੋ ਪਲਾਨ ਸੀਗਾ ਉਹ ਸ਼ੁਰੂ ਕੀਤਾ। ਹੁਣ ਜੋ ਇਹਦਾ ਅੰਦਰ ਜੋ ਇਸ ਟਰੱਸਟ ਅੰਦਰ ਜੋ ਇਸ ਟਰੱਸਟ ਦੀ ਜ਼ਮੀਨ ਦੇ ਉੱਪਰ ਕੰਮ ਕੀਤਾ ਜਾਏਗਾ ਇਹ ਬੇਸਿਕਲੀ ਜੋ ਲੋਹਗੜ੍ਹ ਟਰੱਸਟ ਦੀ ਜ਼ਮੀਨ ਦਾ ਇੱਕ ਪਲਾਨ ਹੈ। ਇਸ ਪਲਾਨ ਦੇ ਤਹਿਤ ਐਗਜ਼ੀਬਿਸ਼ਨ ਸੈਂਟਰ ਬਣਨਗੇ ਜੀ ਔਰ ਇੱਕ ਯਾਤਰੀ ਨਿਵਾਸ ਬਣ ਰਿਹਾ, ਰਿਸੈਪਸ਼ਨ ਬਣ ਰਿਹਾ, ਕਾਨਫਰੰਸ ਰੂਮ, ਲਾਇਬ੍ਰੇਰੀ ਔਰ ਚੋੜਾ ਘਰ, ਗੁਰਦੁਆਰਾ ਸਾਹਿਬ ਹੈ ਬੜਾ ਸੋਹਣਾ, ਇਹਦੇ ਸਾਹਮਣੇ ਪਾਰਕ ਬਣੇਗਾ ਜੀ। ਤੁਸੀਂ ਵਿਊ ਤੋਂ ਹੀ ਦੇਖ ਸਕਦੇ ਵੀ ਕਿੰਨੀ ਸੋਹਣੀ ਪਲਾਂਟੇਸ਼ਨ ਦਾ ਪਲਾਨ ਹੈ। ਡਿਸਪੈਂਸਰੀ, ਲੋਕਰ ਰੂਮ, ਰੈਜੀਡੈਂਸ਼ੀਅਲ ਬਲੋਕ, ਲੰਗਰ ਹਾਲ, ਕਿਚਨ ਔਰ ਸਟੱਡੀ ਸੈਂਟਰ ਔਰ ਕੈਫੇਟੇਰੀਆ। ਮੈਂ ਇਹ ਵੀ ਤੁਹਾਡੇ ਧਿਆਨ 'ਚ ਲੈ ਕੇ ਆਉਣਾ ਚਾਹਾਂਗਾ ਕਿ 19 ਨਵੰਬਰ 2017 ਨੂੰ ਲੋਹਗੜ੍ਹ ਟਰੱਸਟ ਨੇ ਇੱਥੇ ਨੀਂਹ ਪੱਥਰ ਰੱਖਿਆ 5 ਕਿਰਤੀ ਸਿੱਖਾਂ ਦੇ ਹੱਥੋਂ। ਆ ਜੋ ਤਸਵੀਰ ਤੁਸੀਂ ਦੇਖ ਸਕਦੇ ਹੋ ਔਰ ਇੱਥੇ ਹੁਣ ਮੌਕੇ ਦੇ ਉੱਪਰ ਕੰਮ ਚੱਲ ਰਿਹਾ ਹੈ। 18 ਅਪ੍ਰੈਲ 2018 ਨੂੰ ਵੀ ਇੱਥੇ ਕਾਰ ਸੇਵਾ ਲੱਗੀ ਜੋ ਆਪ ਪਿਕਚਰਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਔਰ ਲੋਹਗੜ੍ਹ ਟਰੱਸਟ ਨੇ ਸਭ ਤੋਂ ਪਹਿਲੇ ਇੱਥੇ ਕੰਮ ਮੌਕੇ ਦੇ ਉੱਪਰ ਡਿਵੈਲਪਮੈਂਟ ਦਾ ਜੋ ਕਿ ਸ਼ੁਰੂ ਕਰ ਦਿੱਤਾ ਸੀ ਕਿ ਹਾਂ ਇਹ ਸੜਕ ਜਾ ਖਤਮ ਹੋਏਗੀ ਮੈਮੋਰੀਅਲ ਸਾਈਟ 'ਤੇ ਔਰ ਗ੍ਰਾਮ ਪੰਚਾਇਤ ਭਗਵਾਨਪੁਰ ਨੇ 185 ਏਕੜ ਜ਼ਮੀਨ ਮੈਮੋਰੀਅਲ ਦੇ ਵਾਸਤੇ ਦੇ ਦਿੱਤੀ ਹੈ ਔਰ 185 ਏਕੜ ਦਾ ਬੜਾ ਸੁੰਦਰ ਮੈਮੋਰੀਅਲ ਬਣਾਇਆ ਜਾਏਗਾ। ਇਹ ਕੁਛ ਉਹਦੀਆਂ ਪਿਕਚਰਸ ਜੋ ਤਿਆਰ ਕੀਤੀਆਂ ਗਈਆਂ ਮੈਮੋਰੀਅਲ ਦੇ ਦੇਖ ਸਕਦੇ ਹੋ ਕਿੰਨਾ ਸੋਹਣਾ ਗੇਟ ਬਣਾਇਆ ਜਾਏਗਾ, ਕਿਲਾਨੁਮਾ ਵਾਲਸ ਤਿਆਰ ਹੋਣਗੀਆਂ, ਅੰਦਰ ਆ ਬਿਲਡਿੰਗਾਂ ਤਿਆਰ ਹੋਣਗੀਆਂ, ਇਹ 'ਚ ਹੋਰ ਬਿਲਡਿੰਗਸ ਹੋਣਗੀਆਂ ਤਾਂ ਕਿ ਇੰਟਰਨੈਸ਼ਨਲ ਸਟੈਂਡਰਡ ਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ ਇੱਕ ਮੈਮੋਰੀਅਲ ਤਿਆਰ ਹੋਏ ਔਰ ਤਾਂ ਕਿ ਇੱਥੇ ਡਿਵਾਈਨ ਟੂਰਿਜ਼ਮ ਨੂੰ ਪ੍ਰਮੋਟ ਕੀਤਾ ਜਾ ਸਕੇ। ਇਸੀ ਇਹ ਜਿਹੜੀ ਹੈ ਇਹ ਲਾਸਟ ਵਿਲੇਜ ਹੈ ਹਰਿਆਣੇ ਦਾ ਔਰ ਇਹ ਜੋ ਤੁਸੀਂ ਕਰਸਰ ਘੁੰਮ ਰਹੇ ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸ਼ੁਰੂ ਹੋ ਜਾਂਦਾ ਔਰ ਹੁਣ ਜਦੋਂ ਅਸੀਂ ਆਹ ਬਲੂ ਲਾਈਨ ਹੈ, ਬਲੂ ਲਾਈਨ ਨੂੰ ਇੱਥੇ ਬ੍ਰਿਜ ਪ੍ਰਪੋਜ਼ ਹੈ ਔਰ ਇਹ ਜੋ ਸਰਕਲ ਦੇਖ ਰਹੇ ਹੋ ਇਹ ਸਰਕਲ ਪਹਾੜੀ ਹੈ ਔਰ ਇਸ ਪਹਾੜੀ ਨੂੰ ਪਾਉਂਟਾ ਸਾਹਿਬ, ਗੁਰਦੁਆਰਾ ਪਾਉਂਟਾ ਸਾਹਿਬ ਦੀ ਕਮੇਟੀ, ਪ੍ਰਬੰਧਕ ਕਮੇਟੀ ਨੇ ਹਿਮਾਚਲ ਗੌਰਮੈਂਟ ਤੋਂ ਪਰਚੇਸ ਕਰ ਲਏ 2007 'ਚ। ਇਹ ਜੋ ਤੁਸੀਂ ਕਾਗਜ਼ ਦੇਖ ਰਹੇ ਹੋ ਇਸ ਕਾਗਜ਼ਾਂ ਦੇ ਵਿੱਚ ਉਹਦਾ ਬਿਓਰਾ, ਲਗਭਗ 10 ਸਾਲ ਬੀਤਣ ਤੋਂ ਬਾਅਦ ਵੀ ਪਾਉਂਟਾ ਸਾਹਿਬ ਕਮੇਟੀ ਨੇ ਇਹਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਸ਼ੁਰੂ ਕੀਤੀ ਔਰ ਇਹ ਜਗ੍ਹਾ ਅੱਜ ਵੀ ਬਰਡਨ ਪਈ ਹੈ। ਇਸੀ ਤਰ੍ਹਾਂ ਅਸੀਂ ਥੋੜ੍ਹਾ ਜਿਹਾ ਨੀਚੇ ਆ ਜਾਈਏ
ਤੇ ਯੈਲੋ ਕਲਰ ਦੇ ਕਿਲਾ ਦੇਖ ਰਹੇ ਹੋ। ਇਹ ਇਹ ਜ਼ਮੀਨ ਜੋ ਇਹ ਕਾਗਜ਼ ਨੇ, ਇਹ ਕਾਗਜ਼ਾਂ ਤੋਂ ਪਤਾ ਲੱਗਦਾ ਹੈ ਕਿ ਇਹ ਜੋ ਜ਼ਮੀਨ ਹੈ ਬੁੱਢਾ ਦਲ ਨੇ ਪਰਚੇਸ ਕੀਤੀ ਹੋਈ ਸੀਗੀ, ਔਰ ਬੁੱਢਾ ਦਲ ਨੇ ਵੀ ਅਲਟੀਮੇਟਲੀ ਇੱਥੇ ਕੋਈ ਵੀ ਡਿਵੈਲਪਮੈਂਟ ਦਾ ਕੰਮ ਸ਼ੁਰੂ ਨਹੀਂ ਕੀਤਾ। ਔਰ ਬੇਸਿਕਲੀ ਜੇ ਤੁਸੀਂ ਬੁੱਢਾ ਦਲ ਦੀ ਆਈਡੀਓਲੋਜੀ ਨੂੰ ਦੇਖੋ, ਈਵਨ ਨੈੱਟ 'ਤੇ ਵੀ ਸਰਚ ਮਾਰੋ, ਤਾਂ ਬੁੱਢਾ ਦਲ ਨੇ ਬਹੁਤ ਜ਼ਿਆਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਗ੍ਹਾ ਜਗ੍ਹਾ ਕ੍ਰਿਟੀਸਾਈਜ਼ ਕੀਤਾ ਹੈ। ਇਹ ਤੁਸੀਂ ਨੈੱਟ ਤੋਂ ਵੀ ਦੇਖ ਸਕਦੇ ਹੋ, ਆਹ ਕ੍ਰਿਟੀਸਿਜ਼ਮ ਲਿਖਿਆ ਹੋਇਆ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ। ਹੁਣ ਇਸੀ ਦੇ ਨੀਚੇ ਜਿਹੜੀ ਆ ਤੁਸੀਂ ਬਲੂ ਕਲਰ ਦੀ ਲੈਂਡ ਦੇਖ ਰਹੇ ਹੋ, ਇਹ ਲੈਂਡ ਤਕਰੀਬਨ SGPC ਨੇ ਪਰਚੇਸ ਕੀਤੀ, ਔਰ ਇਸ ਲੈਂਡ ਨੂੰ ਪਰਚੇਸ ਕਰਨ ਤੋਂ ਬਾਅਦ ਹੁਣ ਜਦੋਂ ਇਹ ਪਰਚੇਸ ਕੀਤੀ ਗਈ 2011 'ਚ, ਇਹ ਜੋ ਕਾਗਜ਼ ਨੇ, ਇਹਨਾਂ ਕਾਗਜ਼ਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ 2011 ਦੀ ਪਰਚੇਸ ਹੈ। ਲਗਭਗ 6 ਸਾਲ ਬੀਤਣ ਤੋਂ ਬਾਅਦ ਵੀ ਇਹਨਾਂ ਨੇ ਕੰਮ ਸ਼ੁਰੂ ਨਹੀਂ ਕੀਤਾ। ਜਦੋਂ ਉੱਧਰ ਲੋਹਗੜ੍ਹ ਟਰੱਸਟ ਨੇ ਰੌਲਾ ਪਾਇਆ ਵੀ ਕੰਮ ਸ਼ੁਰੂ ਕਰੋ, ਔਰ ਉਹਨਾਂ ਨੇ ਕੰਮ ਸ਼ੁਰੂ ਕਰਤਾ, ਤਾਂ ਫਿਰ SGPC ਨੂੰ ਵੀ ਮਜਬੂਰੀ ਇੱਥੇ ਕੰਮ ਸ਼ੁਰੂ ਕਰਨਾ ਪਿਆ। ਔਰ ਕੰਮ ਸ਼ੁਰੂ ਕਰਨਾ ਪਿਆ, ਤਾਂ ਜੇ ਤੁਸੀਂ ਇਸ ਜ਼ਮੀਨ ਦੀ ਲੋਕੇਸ਼ਨ ਦੇਖੋ, ਤਾਂ ਦੇਖੋ ਜੀ, ਅੱਜ ਵੀ ਸੰਗਤ ਇੱਥੇ ਪਹੁੰਚਣ ਦਾ ਕੋਈ ਰਸਤਾ ਨਹੀਂ ਹੈ। ਔਰ ਜਦੋਂ ਵੀ ਕੱਲ੍ਹ ਨੂੰ ਇੱਥੇ ਗੁਰਦੁਆਰਾ ਸਾਹਿਬ ਤਿਆਰ ਹੋ ਜਾਏਗਾ ਬਣ ਕੇ, ਅਤੇ ਕੱਲ੍ਹ ਨੂੰ ਸੰਗਤ ਨੂੰ ਇੱਥੇ ਪਹੁੰਚਣ ਦੀ ਬੜੀ ਔਖੜ ਹੋਏਗੀ, ਕਿਉਂਕਿ ਇਹ ਨਦੀ 'ਚੋਂ ਨਿਕਲ ਕੇ ਆਉਣਾ ਪਏਗਾ। ਮੇਰੇ ਗੱਲ ਇਹ ਨਹੀਂ ਸਮਝ ਆਉਂਦੀ ਕਿ ਇੰਨੀ TDS ਜਗ੍ਹਾ ਜਾ ਕੇ ਇਹ ਜ਼ਮੀਨ ਕਿਉਂ ਲਿੱਤੀ ਗਈ, ਐਂਡ ਵਟ ਵਾਜ਼ ਦਾ ਰੀਜ਼ਨ, ਐਂਡ ਕੀ ਪ੍ਰੋਬਲਮ ਹੈ ਇਹਦੇ ਵਿੱਚ ਅਲਟੀਮੇਟਲੀ। ਔਰ ਦੂਸਰੀ ਗੱਲ ਕੀ ਹੈ ਕਿ ਲੋਹਗੜ੍ਹ ਖਾਲਸਾ ਰਾਜਧਾਨੀ 'ਤੇ ਜੋ ਰਿਸਰਚ ਕੀਤੀ ਗਈ, ਉਹ ਤੋਂ ਪਤਾ ਲੱਗਿਆ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਕਿਲਾ ਸੀਗਾ। ਹੁਣ SGPC ਨੂੰ ਚਾਹੀਦਾ ਸੀਗਾ ਕਿ ਇੱਥੇ 100-200 ਕਰੋੜ ਰੁਪਏ ਲਾ ਕੇ ਬਹੁਤ ਵੱਡਾ ਮੈਮੋਰੀਅਲ ਤਿਆਰ ਕਰਦੀ, ਲੇਕਿਨ ਅਲਟੀਮੇਟਲੀ ਉਹਨਾਂ ਨੇ ਇਹ ਕੀਤਾ ਨਹੀਂ, ਔਰ ਸਿਰਫ 1.5 ਕਰੋੜ ਰੁਪਏ ਲਾ ਕੇ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਤਿਆਰ ਕਰ ਰਹੇ ਨੇ। ਔਰ ਜਦੋਂ ਵੀ ਉਦਘਾਟਨ ਕੀਤਾ ਗਿਆ, ਤਾਂ ਉਸ ਗੁਰਦੁਆਰਾ ਸਾਹਿਬ 'ਤੇ ਔਰ ਦਰਬਾਰ ਸਾਹਿਬ ਦੇ ਨੀਚੇ ਲਿਖਿਆ ਗਿਆ ਵੀ ਮੁਕਲਿਸਗੜ੍ਹ ਲੋਹਗੜ੍ਹ ਦਾ ਉਦਘਾਟਨ ਕੀਤਾ ਜਾਏ, ਜਿਹਦੀ ਅਖਬਾਰਾਂ 'ਚ ਵੀ ਬੜੀ ਆਲੋਚਨਾ ਹੋਈ। ਆ ਜੋ ਨਿਊਜ਼ ਕਟਿੰਗ ਹੈ, ਇਸ ਨਿਊਜ਼ ਕਟਿੰਗ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਆਲੋਚਨਾ ਕੀਤੀ ਗਈ। ਇਹ ਜੋ ਤੁਸੀਂ ਮੈਪ ਦੇਖ ਰਹੇ ਹੋ, ਇਸ ਮੈਪ 'ਚ ਕਲੀਅਰ ਕੱਟ ਲੋਹਗੜ੍ਹ ਅਤੇ ਮੁਕਲਿਸਗੜ੍ਹ ਵੱਖਰਾ ਵੱਖਰਾ ਦਿਖਾਇਆ ਗਿਆ ਹੈ, ਅਤੇ ਲੋਹਗੜ੍ਹ ਅਤੇ ਮੁਕਲਿਸਗੜ੍ਹ ਦਾ ਜੋ ਆਪਸ 'ਚ ਡਿਸਟੈਂਸ ਹੈ ਉਹ ਲਗਭਗ 30 ਕਿਲੋਮੀਟਰ ਦੇ ਲਗਭਗ ਹੈਗਾ। ਔਰ ਇਹ ਜੋ ਮੈਪ ਹੈ, ਇਹ ਫਾਰਸੀ ਦੇ ਸਰੋਤਾਂ ਨੂੰ ਰੈਫਰ ਕਰਕੇ ਤਿਆਰ ਕੀਤਾ ਗਿਆ, ਔਰ ਜੋ ਤੁਸੀਂ ਮੁਕਲਿਸਗੜ੍ਹ ਦੀਆਂ ਪਿਕਚਰਸ ਨੇ, ਔਰ ਜਦੋਂ ਰਿਸਰਚ ਕਰਦੇ ਕਰਦੇ ਲੋਹਗੜ੍ਹ ਦੀ ਟੀਮ ਇੱਥੇ ਪਹੁੰਚੀ, ਲੋਹਗੜ੍ਹ ਟਰੱਸਟ ਦੀ, ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਇੱਕ ASI ਦੀ ਪ੍ਰੋਟੈਕਟਿਡ ਸਾਈਟ ਹੈ, ਔਰ ਇਹ ਮੁਕਲਿਸਗੜ੍ਹ ਰੰਗ ਮਹਿਲ ਅੱਜ ਵੀ ਮੁਗਲਾਂ ਦਾ ਇੰਟੈਕਟ ਖੜ੍ਹਾ ਹੈ। ਔਰ ਜੋ ਆਰਕਿਓਲੋਜੀਕਲ ਡਿਪਾਰਟਮੈਂਟ ਨੇ ਇਹਦੇ ਉੱਪਰ ਕਾਫੀ ਪੈਸਾ ਖਰਚ ਕਰਕੇ ਇਹਨੂੰ ਰੈਨੋਵੇਟ, ਇਹਦੇ ਰਿਵਾਈਵਲ ਵਾਸਤੇ ਪੈਸਾ ਵੀ ਖਰਚ ਕੀਤਾ ਗਿਆ ਹੈ। ਜਿਹੜਾ ਸਾਡਾ SGPC ਦਾ ਰਿਸਰਚ ਬੋਰਡ ਹੈ, ਉਹਨੇ ਅੱਜ ਤੱਕ ਕਦੀ ਇਹਨਾਂ ਫਾਰਸੀ ਦੇ ਸਰੋਤਾਂ ਦੇ ਉੱਪਰ ਕਦੀ ਵੀ ਦੇਖਣ ਦੀ ਜ਼ਹਿਮਤ ਹੀ ਨਹੀਂ ਕੀਤੀ, ਇਸ ਟੋਪਿਕ ਦੇ ਉੱਪਰ ਰਿਸਰਚ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੇ ਉਹ ਕੋਸ਼ਿਸ਼ ਕਰਦੇ ਤਾਂ ਜ਼ਰੂਰ ਚੀਜ਼ਾਂ ਮਿਲ ਜਾਏ, ਜਿੱਦਾਂ ਲੋਹਗੜ੍ਹ ਦੀ ਰਿਸਰਚ ਟੀਮ ਨੂੰ ਅਲਟੀਮੇਟਲੀ ਚੀਜ਼ਾਂ ਮਿਲੀਆਂ ਨੇ। ਚਲੋ ਕੋਈ ਗੱਲ ਨਹੀਂ, ਹੁਣ ਮਿਲ ਗਈਆਂ ਨੇ, ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿੰਨੇ ਭਰਮ ਲੋਹਗੜ੍ਹ ਖਾਲਸਾ ਰਾਜਧਾਨੀ ਵਾਸਤੇ ਪਏ ਹੋਏ ਨੇ, ਉਹਨਾਂ ਦੂਰ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਲੀਜ਼ ਡੋਂਟ ਫੋਰਗੇਟ ਟੂ ਸਬਸਕ੍ਰਾਈਬ YouTube ਚੈਨਲ ਲੋਹਗੜ੍ਹ ਖਾਲਸਾ ਰਾਜਧਾਨੀ ਫੋਰ ਦਾ ਲੇਟੈਸਟ ਅਪਡੇਟਸ ਔਨ ਰਿਸਰਚ ਔਨ ਸਿੱਖ ਹਿਸਟਰੀ ਐਂਡ ਗੁਰਮਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।